ਮੋਹਾਲੀ ਵਿਖੇ ਸੈਕਟਰ 77 ਸਥਿਤ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਹੈੱਡਕੁਆਰਟਰ ਉੱਤੇ ਬੰਬ ਸੁੱਟ ਕੇ ਇੱਕ ਵੱਡਾ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਜਿਸ ਤੋਂ ਬਾਅਦ ਦਹਿਸ਼ਤ ਦਾ ਮਾਹੌਲ ਬਣ ਗਿਆ। ਇਸ ਦੇ ਨਾਲ ਹੀ ਸੀਐਮ ਭਗਵੰਤ ਮਾਨ ਵੱਲੋਂ ਵੱਡਾ ਐਕਸ਼ਨ ਲਿਆ ਗਿਆ। ਇਸ ਦੇ ਨਾਲ ਹੀ ਡੀਜੀਪੀ ਸਹਿਤ ਸਾਰੇ ਅਧਿਕਾਰੀਆਂ ਦੀ ਮੀਟਿੰਗ ਵੀ ਬੁਲਾਈ ਗਈ। ਮੋਹਾਲੀ ਦੇ ਬਲਾਸਟ ਤੋਂ ਬਾਅਦ ਲੁਧਿਆਣਾ ਵਿੱਚ ਵੀ ਚੌਕਸੀ ਵਧਾਈ ਗਈ ਅਤੇ ਉੱਥੇ ਹੀ ਲੁਧਿਆਣਾ ਦੇ ਕੌਸਤੁਭ ਸ਼ਰਮਾ ਵੱਲੋਂ ਕਿਹਾ ਗਿਆ ਕਿ ਇਸ ਦੀ ਜਾਣਕਾਰੀ ਪਹਿਲਾਂ ਹੀ ਹੋ ਚੁੱਕੀ ਸੀ। ਇਸ ਭਵ ਧਮਾਕੇ ਤੋਂ ਬਾਅਦ ਸਾਰੇ ਪਾਸੇ ਹੁਣ ਚੈਕਿੰਗ ਵੀ ਸ਼ੁਰੂ ਕੀਤੀ ਗਈ ਹੈ ਤੇ ਹੋਰ ਉਹਨਾਂ ਵੱਲੋਂ ਕੀ ਕਿਹਾ ਗਿਆ ਉਹ ਤੁਸੀਂ ਆਪ ਸੁਣੋ। ਦਿਸ ਇਜ਼ ਅਲਰਟ ਜਿਹੜਾ ਪੰਜਾਬ ਪੁਲਿਸ ਪਹਿਲੇ ਹੋਇਆ ਹੋਇਆ ਸੀ ਔਰ ਸਰਪ੍ਰਾਈਜ਼ ਐਲੀਮੈਂਟ ਜਿਹੜਾ ਹੁੰਦਾ ਹੈ ਨਾ ਉਹ ਜੋ ਵੀ ਕਿਸੇ ਕਿਸਮ ਦੇ ਵੀ ਐਂਟੀ ਨੈਸ਼ਨਲ ਐਲੀਮੈਂਟ ਹੈ ਇਹਨਾਂ ਕੋਲ ਹੁੰਦਾ ਹੈ ਔਰ ਅਸੀਂ ਪਹਿਲੇ ਵੀ ਜਿਹੜਾ ਹੈ ਕੋਸ਼ਿਸ਼ ਇਹੀ ਰਹੀ ਹੈ ਕਿ ਜਲਦ ਤੋਂ ਜਲਦ ਇਹੋ ਜਿਹੇ ਕੇਸਿਸ ਨੂੰ ਅਸੀਂ ਅਨਰਥ ਕਰੀਏ ਔਰ ਜਿਹੜੀ ਕੋਈ ਅਗਰ ਲੱਗਦੀ ਹੈ ਸਾਨੂੰ ਥਰੈਟ ਉਸ ਹਿਸਾਬ ਨਾਲ ਅਸੀਂ ਜਿਹੜਾ ਹੈ ਇਹਨੂੰ ਲਗਾਤਾਰ ਚੇਂਜ ਕਰ ਰਹੇ ਹਾਂ। ਹੁਣ ਵੀ ਮੈਂ ਰੇਲਵੇ ਸਟੇਸ਼ਨ ਦੀ ਪੂਰੀ ਆਪ ਚੈਕਿੰਗ ਕਰਕੇ ਔਰ ਮੀਟਿੰਗ ਕਰਕੇ ਜੀ ਆਰ ਪੀ ਦੇ ਜਿਹੜੇ ਡੀ ਐੱਸ ਪੀ ਸਾਹਿਬ ਹੈ ਉਹਨਾਂ ਦੇ ਇੰਸਪੈਕਟਰ ਹੈ ਆਰ ਪੀ ਐੱਫ ਦੇ ਅਤੇ ਸਟੇਸ਼ਨ ਡਾਇਰੈਕਟਰ ਹੈ ਇਹਨਾਂ ਸਾਰਿਆਂ ਨਾਲ ਕਰਕੇ ਆਇਆ ਅਤੇ ਹਦਾਇਤਾਂ ਕੀਤੀਆਂ ਕਿ ਪੂਰੀ ਚੌਕਸੀ ਰੱਖੀ ਜਾਵੇ ਪੁਲਿਸ ਦੀ ਜਿਹੜੀ ਬਿਲਡਿੰਗਸ ਹੈ ਕੋਈ ਔਰ ਵੀ ਲੱਗਦਾ ਸਾਨੂੰ ਅਦਾਰੇ ਹੈ ਲਈ ਭਾਰਤੀ ਸਰਕਾਰ ਦੇ ਹੋਣ ਸੈਨਾ ਦੇ ਹੋਣ ਪੈਰਾਮਿਲਟਰੀ ਦੇ ਅਸੀਂ ਉਹਨਾਂ ਸਾਰਿਆਂ ਦੇ ਵਿੱਚ ਪਹਿਲੇ ਹੀ ਅਲਰਟ ਕੀਤਾ ਸੀ ਇਸ ਤਰੀਕੇ ਦੀ ਘਟਨਾ ਦੀ ਜਿਹੜੀ ਇਨਪੁਟ ਆਉਣ ਕਰਕੇ ਔਰ ਅਸੀਂ ਹੁਣ ਕੋਸ਼ਿਸ਼ ਇਹ ਹੋਵੇਗੀ ਕਿ ਔਰ ਵੀ ਆਪਣੀ ਜਿਹੜੀ ਹੈ ਮੁਸਤੈਦੀ ਨਾਲ ਪਬਲਿਕ ਪਲੇਸਿਸ ਦੇ ਵਿੱਚ ਆਪਣੀ ਪ੍ਰੈਜੈਂਸ ਵਧਾਈਏ ਔਰ ਲੋਕਾਂ ਤੋਂ ਅਸੀਂ ਅਪੀਲ ਕਰਦੇ ਹਾਂ ਕਿ ਵੀ ਜਿਹੜੇ ਆਈ ਡੀਜ਼ ਹੈ ਇਹ ਪਿੱਛੇ ਕੁਛ ਸਮੇਂ ਦੇ ਵਿੱਚ ਇਸਤੇਮਾਲ ਹੋਏ ਹੈ ਅਲੱਗ ਅਲੱਗ ਥਾਵਾਂ 'ਤੇ ਹਾਲੇ ਤੱਕ ਬਹੁਤ ਜ਼ਿਆਦਾ ਇਹਦੇ ਵਿੱਚੋਂ ਨੁਕਸਾਨ ਨਹੀਂ ਹੋਇਆ ਪਰ ਜਿੱਥੇ ਵੀ ਕਈ ਇਸ ਤਰੀਕੇ ਦੀ ਕੋਈ ਚੀਜ਼ ਅਗਰ ਦਿਸਦੀ ਹੈ ਤਾਂ ਉਹਨਾਂ ਨੂੰ ਬਹੁਤ ਸਤਰਕ ਰਹਿਣ ਦੀ ਲੋੜ ਹੈ ਔਰ ਜਿਹੜਾ ਅਗਰ ਕੋਈ ਅਨਅਬੈਂਡਨਡ ਚੀਜ਼ ਮਿਲਦੀ ਹੈ ਖਾਸ ਤੌਰ 'ਤੇ ਟਿਫਿਨ ਬਾਕਸਿਸ ਵਗੈਰਾ ਜਾਂ ਜਿਹੜੇ ਕੋਈ ਵੀ ਅਸੀਂ 'ਚ ਕੋਈ ਵੀ ਬੈਗ ਹੋ ਉਹਨੂੰ ਕਾਇੰਡਲੀ ਜਿਹੜਾ ਹੈ ਪੁਲਿਸ ਨੂੰ ਇਨਫੋਰਮ ਕਰਨ ਉਹਦੇ ਨੇੜੇ ਜਾ ਕਰਕੇ ਕੋਈ ਛੇੜਛਾੜ ਨਾ ਕੀਤੀ ਜਾਵੇ ਅਤੇ ਉਹਦੇ ਤੋਂ ਕਲੀਅਰ ਰਿਹਾ ਜਾਵੇ ਅਤੇ ਅਸੀਂ ਇਸ ਤੋਂ ਇਲਾਵਾ ਆਪਣੇ ਵੱਲੋਂ ਵੀ ਐਂਟੀ ਸਬੋਟਾਜ ਚੈਕਿੰਗ ਬੱਸ ਸਟੈਂਡ ਦੀ ਰੇਲਵੇ ਸਟੇਸ਼ਨਸ ਦੀ ਔਰ ਸਾਰੀ ਭੀੜ ਵਾਲੀ ਥਾਵਾਂ ਦੀ ਕਰਾ ਰਹੇ ਹਾਂ ਸਾਡੀ ਜਿਹੜੀ ਹੈ ਕੋਰਟ ਕੰਪਲੈਕਸ ਡੀ ਏ ਸੀ ਵਗੈਰਾ ਦੇ ਵਿੱਚ ਵੀ ਪੂਰਾ ਅਸੀਂ ਆਪਣੀ ਨਿਗਰਾਨੀ ਰੱਖੀ ਹੋਈ ਹੈ ਔਰ ਲਗਾਤਾਰ 24 ਘੰਟੇ ਗਾਰਡ ਰਹਿੰਦੀ ਹੈ। ਸਰ ਲੱਗ ਰਿਹਾ ਲਗਾਤਾਰ ਜਿਹੜੇ ਹੁਣ ਸ਼ਰਾਰਤੀ ਅੰਸਰ ਨੇ ਜਿਹੜੇ ਇਸ ਤਰ੍ਹਾਂ ਦੀਆਂ ਘਟਨਾਵਾਂ ਪੰਜਾਬ ਦੇ ਵਿੱਚ ਕਰ ਰਹੇ ਨੇ ਮਾਹੌਲ ਖਰਾਬ ਕਰਨ ਵਾਸਤੇ। ਦੇਖੋ ਇਹ ਕੋਈ ਨਵੀਂ ਚੀਜ਼ ਨਹੀਂ ਹੈ ਕਾਫੀ ਸਾਰੇ ਜਿਹੜੇ ਸਾਡੇ ਐਂਟੀ ਨੈਸ਼ਨਲ ਐਲੀਮੈਂਟਸ ਨੇ ਜਿਹੜੇ ਕਿ ਕਈ ਵਿਦੇਸ਼ਾਂ ਤੋਂ ਸਪੋਰਟਡ ਹੈ ਔਰ ਬਹੁਤ ਸਾਰੀ ਇਸ ਤਰੀਕੇ ਦੀ ਗਤੀਵਿਧੀਆਂ ਇਹਨਾਂ ਵੱਲੋਂ ਚਲਾਈ ਜਾ ਰਹੀ ਹੈ ਅਤੇ ਇਸ ਸਾਰੇ ਨੂੰ ਧਿਆਨ ਰੱਖਦੇ ਹੋਏ ਡੈਫੀਨੇਟਲੀ ਜੋ ਹੈ ਅਸੀਂ ਪੂਰੀ ਤਰੀਕੇ ਸੇ ਚੌਕਸ ਹੈ ਔਰ ਇਸ ਪ੍ਰੋਬਲਮ ਜਾਂ ਜਿਹੜਾ ਵੀ ਇਹ ਚੈਲੇਂਜ ਹੈ ਉਹਨੂੰ ਪ੍ਰੋਪਰਲੀ ਅਸੀਂ ਟੇਕਅਪ ਕੀਤਾ ਹੋਇਆ ਔਰ ਹਰ ਹਾਲਤ ਦੇ ਵਿੱਚ ਜਿਹੜਾ ਹੈ ਇਹੋ ਜਿਹੀ ਕੋਈ ਤਾਕਤਾਂ ਨੂੰ ਅਸੀਂ ਕੋਈ ਸਿਰ ਨਹੀਂ ਚੁੱਕਣ ਦੇਣਗੇ। ਦੇਖੋ ਅਸੀਂ ਆਪਣੇ ਵੱਲੋਂ ਨਿਗਰਾਨੀ ਪੂਰੀ ਰੱਖਣਗੇ ਸਾਡੇ ਕੋਲ ਜਿੱਥੇ ਕਈ ਐਕਸਰੇ ਸਕੈਨਰਸ ਨੇ ਰੇਲਵੇ ਸਟੇਸ਼ਨਸ ਵਗੈਰਾ 'ਤੇ ਉਹਨਾਂ ਨੂੰ ਅਸੀਂ ਐਕਟੀਵੇਟ ਕਰਾਂਗੇ ਆਪਣੇ ਵੱਲੋਂ ਜਾਂ ਹੋ ਸਕੇਗਾ ਜੀ ਮੁਨਾਸਿਬ ਅਸੀਂ ਪੂਰੀ ਸਿਕਿਉਰਿਟੀ ਦਾ ਧਿਆਨ ਰੱਖਣਗੇ। ਸਰ ਕਚਹਿਰੀ ਔਰ ਡੀਸੀ ਦਫ਼ਤਰ ਜਿਵੇਂ ਉਸ ਤਰ੍ਹਾਂ ਸੁਰੱਖਿਆ ਉੱਥੇ ਹਰ ਜਗ੍ਹਾ ਅਸੀਂ ਸੁਰੱਖਿਆ ਨੂੰ ਦੇਖਦੇ ਹਾਂ ਜੀ ਕੋਸ਼ਿਸ਼ ਕਰਦੇ ਹਾਂ ਜਿੰਨੀ ਹੋ ਸਕਦੀ ਹੈ ਉਹਨੂੰ ਥਰੈਡ ਦੇ ਮੁਤਾਬਿਕ ਅਸੀਂ ਸਕੇਲ ਅਪ ਕਰ ਲੈਣਗੇ। ਬਿਊਰੋ ਰਿਪੋਰਟ ਲੁਧਿਆਣਾ ਟਾਈਮਜ਼।